ਜੀ ਦਾ ਸਮਝੌਤਾ ਹੋਇਆ ਹੋਇਆ ਪਹਿਲਾਂ ਵੀ ਬਾਦਲ ਸਾਹਿਬ ਰਹੇ ਹੈ ਬੀਜੇਪੀ ਆਰਐਸਐਸ ਦੇ ਨਾਲ ਅਤੇ ਜਿਹੜੀ ਬੀਐਸਪੀ ਹੁਣ ਬਾਦਲ ਦਲ ਦੇ ਨਾਲ ਰਲ ਗਈ ਹੈ ਇਹ ਉਹਨਾਂ ਨੂੰ ਮਹਿਸੂਸ ਹੋਣਾ ਚਾਹੀਦਾ ਖਤਰਾ ਕਿ ਇਹ ਜੇ ਗਰੁੱਪ ਜਿੱਤ ਗਿਆ ਤਾਂ ਫਿਰ ਸਾਨੂੰ ਜਾਤ ਪਾਤ ਦੇ ਉੱਤੇ ਵੰਡੀਆਂ ਪਾ ਦੇਣੀਆਂ ਬੀਐਸਪੀ ਨੂੰ ਵੀ ਕਹਿ ਰਹੇ ਹੈ ਕਿ ਤੁਸੀਂ ਜਿਹਦੇ ਨਾਲ ਸਮਝੌਤਾ ਕੀਤਾ ਮਨੁਵਾਦ ਪਾਰਟੀ ਦੇ ਨਾਲ ਇਹਦੇ ਨਾਲ ਤੁਸੀਂ ਵਾਪਸ ਆਓ ਅਸੀਂ ਚਾਹੁੰਦੇ ਹਾਂ ਕਿ ਸਾਡਾ ਬਾਰਡਰ ਹੁਣ ਵਾਗੇ ਅਤੇ ਹਸੈਣੀ ਵਾਲਾ ਪਾਕਿਸਤਾਨ ਦੇ ਨਾਲ ਖੁੱਲ੍ਹ ਜਾਵੇ ਜਿਹਦੇ ਨਾਲ ਸਾਡਾ ਵਪਾਰ ਸ਼ੁਰੂ ਹੋਵੇ ਇਸਲਾਮਿਕ ਮੁਲਕਾਂ ਦੇ ਨਾਲ ਤੁਹਾਨੂੰ ਪਤਾ ਹੈ ਕਿ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਬਹੁਤ ਘਾਟ ਹੈ ਅਤੇ ਸਾਡੇ ਭੰਡਾਰ ਇੱਥੇ ਭਰੇ ਹੋਏ ਹੈ ਅਸੀਂ ਟਰਾਲੀਆਂ 'ਚ ਵੀ ਪਾਕਿਸਤਾਨ ਦੀਆਂ ਮੰਡੀਆਂ ਦੇ ਵਿੱਚ ਆਪਣੀ ਜਨਸਾਨ ਸਿੱਖ ਸਕਦੇ ਹਾਂ ਇਹਦਾ ਫਾਇਦਾ ਇਹ ਹੋਊਗਾ ਕਿ ਜਿਹੜੇ ਸਾਡੇ ਕਿੱਤੇ ਹੈਗੇ ਆ ਇੱਕ ਤਾਂ ਜ਼ਿਮੀਂਦਾਰਾ ਹੈਗਾ ਇੱਕ ਖੇਤ ਮਜ਼ਦੂਰੀ ਹੈ ਇੱਕ ਟਰਾਂਸਪੋਰਟ ਹੈ ਇਹਦੇ ਨਾਲ ਟਰਾਂਸਪੋਰਟ ਵਧੂਗੀ ਅਤੇ ਜਿਹੜੇ ਸਾਡੇ 46 ਲੱਖ ਨੌਜਵਾਨ ਬੇਰੁਜ਼ਗਾਰ ਹੈ ਉਹ ਵੀ ਆਪਣੇ ਧੰਦੇ ਦੇ ਉੱਤੇ ਲੱਗਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਲੰਧਰ ਪ੍ਰੈਸ ਦਾ ਬਹੁਤ ਮਸ਼ਹੂਰ ਹੈ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਹੋ ਪਹਿਲਾਂ ਤਾਂ ਸਾਡੀ ਪਾਰਟੀ ਅਫਸੋਸ ਕਰੂਗੀ ਜਿਹੜਾ ਸਾਡਾ ਜਰਨੈਲ ਪਰਮਜੀਤ ਸਿੰਘ ਪੰਜਵਾੜ ਪਾਕਿਸਤਾਨ ਦੇ ਵਿੱਚ ਪੂਰੇ ਹੋ ਗਏ ਹੈ ਔਰ ਸਾਨੂੰ ਇਹ ਨਹੀਂ ਭੱਬਿਆ ਕਿ ਇੰਡੀਆ ਦੀਆਂ ਜਿਹੜੀਆਂ ਸਟੇਟਮੈਂਟਸ ਹੈਗੀਆਂ ਉਹਨਾਂ ਨੇ ਕਿਹਾ ਕਿ ਇਹ ਡੈਜ਼ਿਗਨੇਟਿਡ ਟੈਰਰਿਸਟ ਸੀਗਾ ਅਤੇ ਸਾਡਾ ਸਿੱਖਾਂ ਦਾ ਹੀਰੋ ਸੀਗਾ 1984 ਦੇ ਵਿੱਚ ਜਿਹੜੀ ਕਤਲੇਆਮ ਅਤੇ ਜੈਨੋਸਾਈਡ ਅਤੇ ਨਸਲਕੁਸ਼ੀ ਸਿੱਖਾਂ ਦੀ ਹੋਈ ਹੈ ਦਰਬਾਰ ਸਾਹਿਬ ਦੀ ਰੈਫਰੈਂਸ ਲਾਇਬ੍ਰੇਰੀ ਤੋਸ਼ਾਖਾਨਾ ਲੁੱਟ ਕੇ ਲੈ ਗਏ ਹੈ ਇਸ ਵਜ੍ਹਾ ਕਰਕੇ ਸਾਰੇ ਸਿੱਖ ਉੱਠ ਪਏ ਸੀਗੇ ਅਤੇ ਪਰਮਜੀਤ ਸਿੰਘ ਪੰਜਵਾੜ ਦੀ ਦੇ ਸਰੀਰ ਨੂੰ ਅਸੀਂ ਸਮਝਦੇ ਹਾਂ ਪੰਜਵਾੜ ਲੈ ਕੇ ਅਤੇ ਇਹਦਾ ਸੰਸਕਾਰ ਇੱਥੇ ਹੋਣਾ ਚਾਹੀਦਾ ਅਗਲੀ ਚੀਜ਼ ਹੈ ਜੀ ਕਿ ਹੁਣ ਮਨੁਵਾਦ ਦਾ ਬਹੁਤ ਸਾਨੂੰ ਡਰ ਪੈ ਗਿਆ ਕਿਉਂ ਕਰਕੇ ਬੀਜੇਪੀ ਅਤੇ ਆਰਐਸਐਸ ਜੇ ਇਲੈਕਸ਼ਨ ਅਗਲੇ ਸਾਲ ਦੇ ਜਿੱਤ ਜਾਂਦੇ ਹੈ ਅਤੇ ਇਹਨਾਂ ਨੇ ਮਨੁਵਾਦ ਮਨੁ ਸਮ੍ਰਿਤੀ ਜਿਹੜਾ ਗ੍ਰੰਥ ਹੈ ਉਸ ਨੂੰ ਜਿਵੇਂ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ ਅਤੇ ਮਨੁ ਸਮ੍ਰਿਤੀ ਨੂੰ ਵੀ ਇਹ ਅੱਗੇ ਲੈ ਕੇ ਆਉਣਗੇ ਅਤੇ ਜਿਹੜੇ ਬਾਦਲ ਸਾਹਿਬ ਅਤੇ ਆਮ ਆਦਮੀ ਪਾਰਟੀ ਬਾਦਲ ਸਾਹਿਬ ਅਤੇ ਬੀਐਸਪੀ ਦਾ ਸਮਝੌਤਾ ਹੋਇਆ ਹੋਇਆ ਪਹਿਲਾਂ ਵੀ ਬਾਦਲ ਸਾਹਿਬ ਰਹੇ ਹੈ ਬੀਜੇਪੀ ਆਰਐਸਐਸ ਦੇ ਨਾਲ ਅਤੇ ਜਿਹੜੀ ਬੀਐਸਪੀ ਹੁਣ ਬਾਦਲ ਦਲ ਦੇ ਨਾਲ ਰਲ ਗਈ ਹੈ ਇਹ ਉਹਨਾਂ ਨੂੰ ਮਹਿਸੂਸ ਹੋਣਾ ਚਾਹੀਦਾ ਖਤਰਾ ਕਿ ਇਹ ਜੇ ਗਰੁੱਪ ਜਿੱਤ ਗਿਆ ਤਾਂ ਫਿਰ ਸਾਨੂੰ ਜਾਤ ਪਾਤ ਦੇ ਉੱਤੇ ਵੰਡੀਆਂ ਪਾ ਦੇਣੀਆਂ ਅਤੇ ਜਿਹੜੀਆਂ ਸਾਨੂੰ ਸਹੂਲਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕੋਈ ਜਾਤ ਪਾਤ ਨਹੀਂ ਹੈ ਉਸ ਤੋਂ ਬਾਅਦ ਜਿੰਨੇ ਵੀ ਰਿਸ਼ੀ ਮੁਨੀ ਭਗਤ ਆਏ ਹੈ ਉਹਨਾਂ ਨੇ ਵੀ ਇਹੀ ਜਾਤ ਪਾਤ ਦੇ ਖਿਲਾਫ ਪ੍ਰਚਾਰ ਕੀਤਾ ਇਹ ਫਿਰ ਵਾਪਸ ਆਉਣ ਦਾ ਸਾਨੂੰ ਡਰ ਹੈਗਾ ਅਤੇ ਅਤੇ ਕਾਂਸ਼ੀ ਰਾਮ ਜੀ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਚੱਲੇ ਹੈਗੇ ਹੈ 1999 ਦੇ ਵਿੱਚ ਅਸੀਂ ਇਕੱਠੇ ਇਲੈਕਸ਼ਨ ਲੜੇ ਸੀਗੇ ਅਤੇ ਫਲੋਰ ਤੋਂ ਉਹਨਾਂ ਦਾ ਕੈਂਡੀਡੇਟ ਭੱਜਣ ਨਾਲ ਲੱਖਾ ਪਾਰਲੀਮੈਂਟ ਦੇ ਵਿੱਚ ਗਿਆ ਸੀਗਾ ਅਸੀਂ ਕਾਂਸ਼ੀ ਰਾਮ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਪਹੁੰਚੇ ਕਾਂਸ਼ੀ ਰਾਮ ਜੀ ਅਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਮੋਟੋ ਕੀ ਹੈ ਤੁਹਾਡਾ ਮੈਨੀਫੈਸਟੋ ਕੀ ਹੈ ਅਤੇ ਉਹਨਾਂ ਨੇ ਇੱਕ ਲਫ਼ਜ਼ ਦੇ ਵਿੱਚ ਜਵਾਬ ਦਿੱਤਾ ਕਿ ਸਾਡਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੈਗਾ ਸੋ ਕਿਸੇ ਨੂੰ ਚਿੜ ਨਹੀਂ ਹੋਣੀ ਚਾਹੀਦੀ ਕਿ ਅਸੀਂ ਇਹ ਕਾਂਸ਼ੀ ਰਾਮ ਜੀ ਦੇ ਪ੍ਰਸ਼ੰਸਕ ਹੈਗੇ ਹੈ ਅਤੇ ਮੈਂ ਬੀਐਸਪੀ ਨੂੰ ਵੀ ਕਹਿ ਰਹੇ ਹਾਂ ਕਿ ਤੁਸੀਂ ਜਿਹਦੇ ਨਾਲ ਸਮਝੌਤਾ ਕੀਤਾ ਮਨੁਵਾਦ ਪਾਰਟੀ ਦੇ ਨਾਲ
ਇਹਦੇ ਨਾਲ ਤੁਸੀਂ ਵਾਪਸ ਆਓ। ਅਸੀਂ ਚਾਹੁੰਦੇ ਹਾਂ ਕਿ ਸਾਡਾ ਬਾਰਡਰ ਹੁਣ ਵੱਧ ਗਏ ਅਤੇ ਹਸੈਣੀ ਵਾਲਾ ਪਾਕਿਸਤਾਨ ਦੇ ਨਾਲ ਖੁੱਲ੍ਹ ਜਾਏ, ਜਿਹਦੇ ਨਾਲ ਸਾਡਾ ਵਪਾਰ ਸ਼ੁਰੂ ਹੋਵੇ ਇਸਲਾਮਿਕ ਮੁਲਕਾਂ ਦੇ ਨਾਲ। ਤੁਹਾਨੂੰ ਪਤਾ ਹੈ ਕਿ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਬਹੁਤ ਘਾਟ ਹੈ ਅਤੇ ਸਾਡੇ ਭੰਡਾਰ ਇੱਥੇ ਭਰੇ ਹੋਏ ਹੈ। ਅਸੀਂ ਟਰਾਲੀਆਂ 'ਚ ਵੀ ਪਾਕਿਸਤਾਨ ਦੀਆਂ ਮੰਡੀਆਂ ਦੇ ਵਿੱਚ ਆਪਣੀ ਜਿਣਸਾਂ ਸਿੱਟ ਸਕਦੇ ਹਾਂ। ਇਹਦਾ ਫਾਇਦਾ ਇਹ ਹੋਊਗਾ ਕਿ ਜਿਹੜੇ ਸਾਡੇ ਕਿੱਤੇ ਹੈਗੇ ਆ, ਇੱਕ ਤਾਂ ਜ਼ਿਮੀਂਦਾਰਾ ਹੈਗਾ, ਇੱਕ ਖੇਤ ਮਜ਼ਦੂਰੀ ਹੈ, ਇੱਕ ਟਰਾਂਸਪੋਰਟ ਹੈ। ਇਹਦੇ ਨਾਲ ਟਰਾਂਸਪੋਰਟ ਵਧੂਗੀ ਅਤੇ ਜਿਹੜੇ ਸਾਡੇ 46 ਲੱਖ ਨੌਜਵਾਨ ਬੇਰੁਜ਼ਗਾਰ ਹੈ ਉਹ ਵੀ ਆਪਣੇ ਧੰਦੇ ਦੇ ਉੱਤੇ ਲੱਗਣਗੇ। ਟਰਾਂਸਪੋਰਟ ਸਾਰਾ ਸੀਰੀਆ ਤੱਕ ਜਾਊਗੀ, ਗਲਫ ਤੱਕ ਜਾਊਗੀ, ਜਿਹੜੀਆਂ ਸੈਂਟਰਲ ਏਸ਼ੀਅਨ ਰਿਪਬਲਿਕਸ ਹੈਗੀਆਂ ਉੱਥੇ ਤੱਕ ਜਾਊਗੀ, ਤਾਂ ਇਹਦੇ ਵਿੱਚ ਬਹੁਤ ਖੁਸ਼ਹਾਲੀ ਆਊਗੀ। ਅਤੇ ਜਿਹੜੇ ਸਾਡੇ ਲਾਲੇ ਬਾਣੀਏ ਸੇਠ ਹੈਗੇ ਹੈ ਉਹਨਾਂ ਨੇ ਵੀ ਮਾਲੋ ਮਾਲ ਹੋ ਜਾਣਾ ਜੇ ਇਹ ਟ੍ਰੇਡ ਸਾਡੀ ਖੋਲ੍ਹਦੇ ਹੈ। ਇਹ ਕਹਿੰਦੇ ਆ ਕਿ ਟ੍ਰੇਡ ਅਸੀਂ ਤਾਂ ਨਹੀਂ ਖੋਲ੍ਹ ਸਕਦੇ ਕਿਉਂ ਕਰਕੇ ਉੱਥਲੇ ਪਾਸੋਂ ਟੈਰਰਿਜ਼ਮ ਆਉਂਦਾ ਹੈ। ਪਰ ਚੀਨ ਦੇ ਨਾਲ ਟ੍ਰੇਡ ਫਿਰ ਕਿਉਂ ਹੋ ਰਹੀ ਹੈ? ਚੀਨ ਦੇ ਨਾਲ ਤਾਂ ਇਹ ਬਹੁਤ ਸਖ਼ਤ ਰਿਸ਼ਤਾ ਹੈਗਾ। ਅਤੇ ਜਿਹੜਾ 2020 ਦੇ ਵਿੱਚ ਗੋਲਨ ਦੇ ਵਿੱਚ ਚੀਨ ਨੇ ਸਾਡਾ ਇਲਾਕਾ ਨੱਪਿਆ ਸੀਗਾ, ਉਹ ਅਜੇ ਪ੍ਰਕਾਸ਼ ਨਹੀਂ ਹੋਇਆ ਅਤੇ ਉਹ ਹੌਲੀ ਹੌਲੀ ਪ੍ਰਕਾਸ਼ ਹੋਣ ਲੱਗ ਪਿਆ। ਅਤੇ ਇਹ ਮੋਦੀ ਸਾਹਿਬ ਨੂੰ ਦੱਸਣਾ ਪੈਣਾ ਕਿ ਕਿੰਨਾ ਇਲਾਕਾ ਗੋਲਨ ਦਾ 2020 ਦੇ ਵਿੱਚ ਜ਼ਬਤ ਕੀਤਾ ਗਿਆ। ਜੇ ਚੀਨ ਦੇ ਨਾਲ ਲੜਾਈ ਹੈ ਅਤੇ ਟ੍ਰੇਡ ਹੈ ਤਾਂ ਫਿਰ ਪਾਕਿਸਤਾਨ ਦੇ ਨਾਲ ਕਿਉਂ ਨਹੀਂ ਹੋ ਸਕਦੀ? ਅੱਜ ਬਦਕਿਸਮਤੀ ਦੀ ਗੱਲ ਹੈ ਕਿ $1 billion ਦਾ ਟ੍ਰੇਡ ਡਿਫਿਸਿਟ ਸਾਡੇ ਚੀਨ ਦੇ ਨਾਲ ਚੱਲ ਰਿਹਾ ਹੈ। ਅਤੇ ਜੇ ਪਾਕਿਸਤਾਨ ਦੇ ਨਾਲ ਖੁੱਲ੍ਹ ਜਾਵੇ ਫਿਰ ਸਾਡਾ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਬਹੁਤ ਖੁਸ਼ਹਾਲੀ ਆਊਗੀ, ਕਿਉਂ ਕਰਕੇ ਇਹ ਸਾਰਾ ਸਮਾਨ ਫਿਰ ਰੋਡ ਦੇ ਰਾਹੀਂ, ਟਰੱਕਾਂ ਦੇ ਰਾਹੀਂ ਜਾਊਗਾ। ਅਤੇ ਜਿਹੜੀ ਮੋਟਰ ਇੰਡਸਟਰੀ ਹੈ ਉਹ ਵੀ ਪ੍ਰਫੁੱਲਿਤ ਹੋਊਗੀ, ਟਰੱਕ ਹੋਰ ਬਣਨਗੇ, ਮਸ਼ੀਨਾਂ ਹੋਰ ਬਣਨਗੀਆਂ, ਅਤੇ ਇਹਦੇ ਨਾਲ ਵੀ ਇੰਪਲੋਇਮੈਂਟ, ਰੋਜ਼ੀ ਲੋਕਾਂ ਨੂੰ ਜ਼ਿਆਦਾ ਮਿਲੂਗੀ। ਅਤੇ ਸਾਡੇ ਲੇਬਰ ਦੇ ਜਿਹੜੀਆਂ ਇਹ ਉਹਨਾਂ ਨੂੰ ਪੈਸੇ ਮਿਲਦੇ ਹੈ ਉਹ ਅਜੇ ਬਹੁਤ ਥੋੜ੍ਹੇ ਹੈ, ਅਤੇ ਉਹ ਵੀ ਵਧਾਉਣੇ ਪੈਣਗੇ, ਕਿਉਂ ਕਰਕੇ ਫਿਰ ਜਿਨਸਾਂ ਦੀਆਂ ਵੀ ਕੀਮਤਾਂ ਵੱਧ ਰਹੀਆਂ। ਅਤੇ ਲੇਬਰ, ਜਦੋਂ ਮੈਂ ਮੰਡੀਆਂ 'ਚ ਐਤਕੀ ਗਿਆ ਅਤੇ ਉੱਥੇ ਕੋਈ ਲੈਟਰਿਨ ਦਾ ਇੰਤਜ਼ਾਮ ਹੈ ਨਹੀਂ ਸੀਗਾ, ਕੋਈ ਪਾਣੀ ਪੀਣ ਦਾ ਇੰਤਜ਼ਾਮ ਨਹੀਂ ਸੀਗਾ, ਅਤੇ ਜਿਹੜੀ ਲੇਬਰ ਹੈ ਉਹਨਾਂ ਦੀ ਕੋਈ ਇੰਸ਼ੋਰੈਂਸ ਨਹੀਂ ਹੋਈ ਹੋਈ। ਅਸੀਂ ਕਹਿੰਦੇ ਹਾਂ ਕਿ ਇਹਨਾਂ ਦੀ ਇੰਸ਼ੋਰੈਂਸ ਹੋਏ, ਜੇ ਇਹਨਾਂ ਨੂੰ ਕੋਈ ਦਵਾਈ ਬੂਟੀ ਚਾਹੀਦੀ ਹੋਵੇ ਤਾਂ ਫਿਰ ਇੰਸ਼ੋਰੈਂਸ ਦੇ ਰਾਹੀਂ ਲੇਬਰ ਨੂੰ ਵੀ ਉੱਥੇ ਐਡਜਸਟ ਕੀਤਾ ਜਾਵੇ। ਫਿਰ ਅਜੇ ਤੱਕ ਬਰਗਾੜੀ ਦੇ ਵਿੱਚ 2015 ਦੇ ਵਿੱਚ ਜੋ ਕੁਛ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ, ਔਰ ਬਹਿਬਲ ਖਲਾਂ ਉੱਥੇ ਵੀ 2 ਸਿੰਘ ਸ਼ਹੀਦ ਕਰਤੇ ਸੀਗੇ, ਇਹਦੇ ਨਾਂ ਆਉਂਦਾ ਹੈ ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਦਾ, ਸਮੇਤ ਸੈਣੀ ਦਾ ਅਤੇ ਸੌਦੇ ਸਾਹਿਬ ਦਾ। ਅਸੀਂ ਪੁੱਛਦੇ ਹਾਂ ਕਿ ਅਜੇ ਤੱਕ ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ, ਕਿਉਂ ਕਰਕੇ 2015 ਦੇ ਵਿੱਚ ਇਹ ਹੋਇਆ? ਅਤੇ SGPC ਦੇ ਇਲੈਕਸ਼ਨਸ ਜਿਹੜੇ ਹਰੇਕ 5 ਸਾਲ ਤੋਂ ਹੋਣੇ ਚਾਹੀਦੇ ਹੈ ਉਹ ਕਿਉਂ ਨਹੀਂ ਹੋ ਰਹੇ? ਕਿ ਸਾਡੀ ਸਿੱਖਾਂ ਦੀ ਜਮਹੂਰੀਅਤ, ਜਿਹੜਾ ਸਾਡਾ ਹੱਕ ਆ, ਉਹ ਮਾਰਿਆ ਗਿਆ ਹੁਣ? ਕਿ 12 ਸਾਲ ਤੋਂ SGPC ਦੇ ਇਲੈਕਸ਼ਨ ਨਹੀਂ ਹੋ ਗਏ, ਉੱਥੇ ਹੁਣ ਮਹੰਤਾਂ ਨੇ ਕਬਜ਼ੇ ਕਰ ਲਏ ਹੈ ਅਤੇ ਇਹ ਮਨ ਮਰਜ਼ੀ ਕਰਦੇ ਹੈ, ਜੋ ਕੁਛ ਕਰਨਾ ਕਰੀ ਜਾਂਦੇ ਹੈ, ਪਰ ਦੇ ਆਰ ਨੋਟ ਅਕਾਊਂਟੇਬਲ ਟੂ ਦਾ ਪੀਪਲ ਔਰ ਟੂ ਦਾ ਸਿੱਖ ਇਲੈਕਟਰੇਟ। ਇਹ ਇੱਕ ਬਹੁਤ ਘਾਟ ਦੀ ਗੱਲ ਹੈ ਕਿ ਸਾਡੇ SGPC ਦੇ ਇਲੈਕਸ਼ਨਸ 12 ਸਾਲ ਤੋਂ ਸੈਂਟਰ ਦੀ ਸਰਕਾਰ, ਹੋਮ ਮਿਨਿਸਟਰ ਨਹੀਂ ਕਰਾ ਰਹੇ।
फिर जिहड़ी मूसेवाल साहब का कतल होया, सिद्धू साहब का दीप सिंह सिद्धू का कतल होया, फिर एक बॉडी प्लेयर का होया नंगल अंबिया तो संदीप सिंह का, संदीप सिंह का तो एक कातल फड़िया गया सीगा जो मैं टेलीफोन किया एस एस पी नूं, पर इहदी फैमिली बाहर चली गई है, इहदे मदर फादर भी बाहर चले गए हैं, इन्हां दी सरदारनी भी बाहर चली गई है, दो इन्हां दे बच्चे है वह भी इंग्लैंड चले गए हैं। तो जिन्होंने संदीप सिंह नूं कतल किया है वह भी बाहर दे मुल्कां च रहिंदे है, तो सानूं खतरा है कि जे इत्थे बाहर वसदे